ਡਾਕਟਰ ਜਿਸ ਨੂੰ ਸਮਾਜ ਵਿੱਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਉਹ ਕਹਿੰਦੇ ਨੇ ਕਿ ਸੋਨੇ ਵਰਗੀ ਦਿਖਣ ਵਾਲੀ ਕੋਈ ਵੀ ਚੀਜ਼ ਸੋਨਾ ਨਹੀਂ ਹੁੰਦੀ। ਇਸੇ ਤਰ੍ਹਾਂ ਰੱਬ ਦੇ ਦਰਜੇ ਵਾਲਾ ਹਰ ਡਾਕਟਰ ਰੱਬ ਵੀ ਨਹੀਂ ਹੁੰਦਾ। ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਡਾਕਟਰ ਲਈ ਸ਼ਬਦ ਸ਼ਾਇਦ ਬਿਲਕੁਲ ਠੀਕ ਢੁੱਕਦੇ ਜਾਪਦੇ ਨੇ। ਅਸਲ ਵਿੱਚ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਨਰਸਾਂ ਦਾ ਦੋਸ਼ ਹੈ ਕਿ ਡਾਕਟਰ ਨਾ ਸਿਰਫ ਡਿਊਟੀ ਸਮੇਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ, ਸਗੋਂ ਆਨੇ ਬਹਾਨੇ ਉਹਨਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕਰਦਾ, ਜਿਸ ਤੋਂ ਤੰਗ ਆ ਕੇ ਪੀੜਿਤ ਨਰਸਾਂ ਨੇ ਸਰਕਾਰੀ ਹਸਪਤਾਲ ਦੇ ਬਾਹਰ ਹੀ ਧਰਨਾ ਠੋਕ ਦਿੱਤਾ। ਰਾਤ ਡਾਕਟਰ ਮਨਦੀਪ ਨੇ ਬੈਲਾਂ ਮਾਰ ਮਾਰ ਕੇ ਮੈਨੂੰ ਆਪਣੀ ਚੇਅਰ ਤੋਂ ਉਠਾਇਆ, ਕਹਿੰਦੇ ਤੈਨੂੰ ਬੈਲਾਂ ਸੁਣਦੀਆਂ ਨਹੀਂ ਹੈਗੀਆਂ ਮੇਰੀਆਂ। ਮੈਂ ਕਿਹਾ ਸਰ ਵੀ ਬੈਲ 'ਤੇ ਆਉਣਾ ਮੇਰਾ ਕੰਮ ਨਹੀਂ ਹੈਗਾ, ਵਾਰਡ ਅਟੈਂਡੈਂਟ ਦਾ ਕੰਮ ਆ। ਅਤੇ ਕਹਿੰਦੇ ਤੂੰ ਮੇਰੇ ਨਾਲ ਐਡੀਆਂ ਗਰਾਰੀਆਂ ਨਾਲ ਆ, ਉਹ ਹਰ ਵਾਰ ਮਿਸਬਿਹੇਵ ਕਰਦੇ ਨੇ ਹਰ ਇੱਕ ਸਟਾਫ ਦੇ ਨਾਲ ਅਤੇ ਹਰ ਇੱਕ ਡਿਊਟੀ ਦੇ ਵਿੱਚ। ਅਤੇ ਇਹ ਗੱਲ ਆਪਣੇ ਡਾਕਟਰ ਕਿਰਪਾਲ SM ਨੇ ਉਹਨਾਂ ਕੋਲ ਗਈ ਅਤੇ ਹੁਣ ਡਾਕਟਰ ਆਪਣੇ ਸਿਵਲ ਸਰਜਨ ਨੇ ਉਹਨਾਂ ਨੂੰ ਦੱਸਿਆ ਅਤੇ ਉਹਨਾਂ ਨੇ ਮੇਰੀ ਪ੍ਰੋਬਲਮ ਸੋਲਵ ਕਰੀ ਹੈ। ਹੁਣ ਉਹਨਾਂ ਨੇ ਮੇਰੀ ਪ੍ਰੋਬਲਮ ਸੋਲਵ ਕਰਤੀ ਹੈ ਅਤੇ 2 ਦਿਨ ਦਾ ਟਾਈਮ ਦਿੱਤਾ। ਉਧਰ ਹਸਪਤਾਲ ਦੀਆਂ ਸੀਨੀਅਰ ਨਰਸਿਸ ਨੇ ਵੀ ਇਸ ਪੂਰੇ ਮਾਮਲੇ ਲਈ ਡਾਕਟਰ ਨੂੰ ਹੀ ਕਸੂਰਵਾਰ ਕਰਾਰ ਦਿੱਤਾ। ਮਿਸਬਿਹੇਵ ਇੱਦਾਂ ਹੀ ਹੈ ਡਾਕਟਰ ਸਰ, ਦੇਖੋ ਜਿਵੇਂ ਅਸੀਂ ਨਰਸਿੰਗ ਸਟਾਫ ਤੇ ਡਾਕਟਰ ਹੈ, ਇੱਕ ਵਾਰਡ ਅਟੈਂਡੈਂਟ, ਇੱਕ ਇਹ ਇੱਕ ਟੀਮ ਵਰਕ ਹੁੰਦਾ, 3 ਮੈਂਬਰਾਂ ਦੀ ਟੀਮ ਹੁੰਦੀ ਹੈ। ਅਸੀਂ ਇੱਕ ਫੈਮਿਲੀ ਵਾਂਗੂ ਮਿਲ ਕੇ ਉਹ ਕੰਮ ਕਰਨਾ ਚਾਹੁੰਦੇ ਹਾਂ, ਬਟ ਜੋ ਇਹ ਰਾਤੀ ਪ੍ਰੋਬਲਮ ਆਈ ਹੈ, ਡਾਕਟਰ ਨੇ ਸਟਾਫ ਨਰਸ ਨੂੰ ਬੈਲ ਕਰਕੇ ਬੁਲਾਇਆ, ਜਦਕਿ ਉਹ ਚੀਜ਼ ਅਟੈਂਡੈਂਟ ਦੀ ਡਿਊਟੀ ਹੈ। ਅਟੈਂਡੈਂਟ ਜਿਹੜਾ ਸਾਡੇ ਹੈਲਪਰ ਹੁੰਦੇ ਆ ਨਾਲ, ਉਹਨੇ ਆ ਕੇ ਡਾਕਟਰ ਦਾ ਮੈਸੇਜ ਸਟਾਫ ਨਰਸ ਨੂੰ ਲਗਾਉਣਾ, ਫਿਰ ਸਟਾਫ ਨਰਸ ਨੇ ਪੇਸ਼ੈਂਟ ਦੀ ਟ੍ਰੀਟਮੈਂਟ ਕਰਨੀ ਹੈ, ਜਾ ਕੇ ਉਹ ਫਾਈਲ 'ਚ ਲਿਖਣਗੇ, ਸਟਾਫ ਨੂੰ ਅਟੈਂਡੈਂਟ ਨੇ ਫਾਈਲ ਦੇਣੀ ਹੈ। ਉਹਨਾਂ ਨੇ ਬੈਲ ਕਰਕੇ ਸਟਾਫ ਨਰਸ ਨੂੰ ਕਿਹਾ ਕਿ ਤੂੰ ਕਿਉਂ ਨਹੀਂ ਉੱਠ ਕੇ ਆਈ, ਮੇਰੀ ਬੈਲ ਕਿਉਂ ਨਹੀਂ ਸੁਣ ਰਹੀ ਤੂੰ। ਸਟਾਫ ਨਰਸ ਦੇ ਕਹਿਣ ਮੁਤਾਬਕ ਇਹ ਗੱਲ ਹੈ ਕਿ ਉਹਦੇ ਇਹਦੇ 'ਚ ਇੱਕ ਨਰਸ ਨੂੰ ਦਿੱਕਤ ਆ ਰਹੀ ਹੈ ਜਾਂ ਬਾਕੀ ਹੋਰ ਵੀ ਜਿਹੜੀ ਡਿਊਟੀਆਂ, ਜਿਹੜੇ ਬੱਚਿਆਂ ਨੇ ਉੱਥੇ ਮੇਰੇ ਅੰਡਰ ਉੱਥੇ ਡਿਊਟੀ ਕੀਤੀ ਹੈ, ਮੈਂ ਉਹਨਾਂ ਨੂੰ ਅਪੁਆਇੰਟ ਕੀਤਾ ਐਜ਼ ਆ ਮੈਟਰਨ, ਉਹ ਬੱਚਿਆਂ ਦੇ ਸਾਰਿਆਂ ਦੇ ਮੂੰਹ ਇਹੀ ਗੱਲ ਨਿਕਲੀ ਹੈ ਕਿ ਸਾਨੂੰ ਉਸ ਡਾਕਟਰ ਦੇ ਟਾਈਮ ਸਾਨੂੰ ਪ੍ਰੋਬਲਮ ਆਈ ਹੈ। ਦੂਜੇ ਪਾਸੇ ਜ਼ਿਲ੍ਹਾ ਸਿਵਲ ਸਰਜਨ ਨੇ ਸਾਫ਼ ਕੀਤਾ ਕਿ ਜੋ ਵੀ ਡਾਕਟਰ ਕਿਸੇ ਨਾਲ ਬਦਸਲੂਕੀ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਜਿੰਨੀਆਂ ਵੀ ਨਰਸਿੰਗ ਲੀਡਰਸ, ਉਹਨਾਂ ਦੀ ਐਸੋਸੀਏਸ਼ਨ ਸਾਡੇ ਨਾਲ ਆ ਕੇ ਹੁਣੇ ਉਹਨਾਂ ਨੇ ਮੀਟਿੰਗ ਕੀਤੀ ਸੀ, ਮੈਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਸਾਰਾ ਸੁਣਿਆ। ਉਹ ਮੇਰੇ ਲਈ ਮੇਰੀਆਂ ਬੱਚੀਆਂ ਵਰਗੀਆਂ ਨੇ ਅਤੇ ਜੋ ਉਹਨਾਂ ਦੀਆਂ ਪ੍ਰੋਬਲਮ ਸੁਣੀਆਂ ਅਤੇ ਉਹਨਾਂ ਨਾਲ ਵਾਅਦਾ ਇਹੀ ਕੀਤਾ ਵੀ ਅਸੀਂ ਇਹਨਾਂ ਨੂੰ 2 ਦਿਨਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਸੋਲਵ ਕਰਤੀਆਂ ਜਾਣਗੀਆਂ। ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਮੇਰਾ ਕੋਈ ਵੀ ਇੰਪਲਾਈ, ਚਾਹੇ ਉਹ ਡਾਕਟਰ ਹੋਵੇ, ਚਾਹੇ ਉਹ ਫਾਰਮਾਸਿਸਟ ਹੋਵੇ, ਚਾਹੇ ਉਹ ਕਲਾਸ 4 ਹੋਵੇ, ਚਾਹੇ ਉਹ ਸਟਾਫ ਨਰਸ ਹੋਵੇ, ਨਾ ਹੀ ਉਹ ਆਪਸ 'ਚ ਕਿਸੇ ਨਾਲ ਬਦਤਮੀਜ਼ੀ ਕਰੇ ਅਤੇ ਨਾ ਹੀ ਕਿਸੇ ਮਰੀਜ਼ ਨਾਲ ਕੋਈ ਬਦਤਮੀਜ਼ੀ ਕਰੇ। ਅਸੀਂ ਸਾਰਿਆਂ ਦਾ ਕੰਮ ਮਨੁੱਖਤਾ ਦੀ ਸੇਵਾ ਕਰਨਾ, ਮਿਲ ਜੁਲ ਕੇ ਉਹਨਾਂ ਨੂੰ ਸਮਝਾਇਆ ਕਿ ਸਾਰੇ ਜਣੇ ਇਮਾਨਦਾਰੀ ਨਾਲ ਮਨੁੱਖਤਾ ਦੀ ਸੇਵਾ ਕਰੋ ਅਤੇ ਪਰਿਵਾਰ ਵਰਗਾ ਮਾਹੌਲ ਬਣਾਓ। ਜਿਹੜਾ ਵੀ ਇਸ ਪਰਿਵਾਰ 'ਚ ਕੋਈ ਵੀ ਕਿਸੇ ਕਿਸਮ ਦਾ ਗੜਬੜ ਕਰੇਗਾ, ਉਹਨੂੰ ਉਸ ਦੀ ਸਜ਼ਾ ਜ਼ਰੂਰ ਮਿਲੇਗੀ। ਫਿਲਹਾਲ ਇਸ ਡਾਕਟਰ ਖਿਲਾਫ਼ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਸਰਕਾਰੀ ਹਸਪਤਾਲ ਵਿੱਚ ਵਾਪਰੀ ਇਸ ਘਟਨਾ ਨੇ ਇਹ ਤਾਂ ਸਾਫ਼ ਕਰ ਦਿੱਤਾ ਕਿ ਬਲਾਤਕਾਰ ਜਾਂ ਛੇੜਛਾੜ ਦੀਆਂ ਘਟਨਾਵਾਂ ਲਈ ਕੁੜੀਆਂ ਦੇ ਛੋਟੇ ਕੱਪੜੇ ਨਹੀਂ, ਸਗੋਂ ਕਿਸੇ ਵਿਅਕਤੀ ਦੀ ਛੋਟੀ ਸੋਚ ਜ਼ਿੰਮੇਵਾਰ ਹੁੰਦੀ ਹੈ, ਜਿਸ ਨੇ ਇੱਕ ਛੋਟੀ ਉਮਰ ਅਤੇ ਪੂਰੇ ਕੱਪੜਿਆਂ ਵਿੱਚ ਆਪਣੀ ਡਿਊਟੀ ਨੂੰ ਅੰਜਾਮ ਦੇ ਰਹੀ ਇੱਕ ਨਰਸ ਨੂੰ ਵੀ ਨਹੀਂ ਬਖਸ਼ਿਆ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।